सतरंग एंटरटेनर्स आते कश्मीर सिंह सुहल पेश कर देने नवे साल दे मौके ते रंगारंग प्रोग्राम सुही फुलकारी हो सिर ते पंजाबने नी लगदी प्यारी हाँ जैसे फुलकारी विचों सूरत प्यारी सिर ते पंजाबने नी लगदी प्यारी जैसे फुलकारी विचों सूरत प्यारी सूहे सूहे रंगा नाल लगदी शिंगारी सूहे सूहे रंगा नाल लगदी शिंगारी सूही फुलकारी ਅਣਭੋਲ ਕੜਕ ਕੁੜੀ ਤੁਣਕ ਮਿਜਾਜ਼ ਹੈ ਹਸਮੁੱਖ ਚਿਹਰਾ ਨਾ ਹੀ ਨਕਲੀ ਨਕਾਬ ਹੈ ਮਨ ਦੀ ਸਾਰੰਗੀ ਉੱਤੇ ਇੱਕੋ ਇੱਕ ਰਾਗ ਹੈ ਬੜੇ ਅਣਖਿੱਲੇ ਕਿਸੇ ਕਵੀ ਦਾ ਖੁਆਬ ਹੈ ਡੀਡੀ ਪੰਜਾਬੀ ਵੇਖ ਰਹੇ ਸਾਰੇ ਦਰਸ਼ਕਾਂ ਨੂੰ ਅਨੁਪਮਾ ਵੱਲੋਂ ਪਿਆਰ ਭਰੀ ਸਤਿ ਸ਼੍ਰੀ ਅਕਾਲ ਅਤੇ ਅੱਜ ਹੈ ਨਵਾਂ ਸਾਲ ਪ੍ਰੋਗਰਾਮ ਵੇਖ ਰਹੇ ਦਰਸ਼ਕਾਂ ਨੂੰ ਨਵੇਂ ਵਰ੍ਹੇ ਦੀ ਵਧਾਈ ਤੁਹਾਡੇ ਲਈ ਲੈ ਕੇ ਹਾਜ਼ਰ ਹਾਂ ਸੂਹੀ ਫੁਲਕਾਰੀ V22 ਇਸ ਪ੍ਰੋਗਰਾਮ ਦੇ ਪੇਸ਼ਕਰਤਾ ਯਾਨੀ ਕਿ ਪ੍ਰੋਡਿਊਸਰ ਹਨ ਕਸ਼ਮੀਰ ਸਿੰਘ ਸੋਹਲ ਅਤੇ ਕੁਲਜੀਤ ਸਿੰਘ ਖਾਲਸਾ ਜੋ ਪੰਜਾਬੀ ਮਾਂ ਬੋਲੀ ਦੀ ਸੇਵਾ ਲੰਬੇ ਸਮੇਂ ਤੋਂ ਹਾਂਗਕਾਂਗ ਵਿੱਚ ਬੈਠੇ ਕਰਦੇ ਆ ਰਹੇ ਹਨ ਅਤੇ ਪ੍ਰੋਗਰਾਮ ਸੂਹੀ ਫੁਲਕਾਰੀ ਨੂੰ ਡਾਇਰੈਕਟ ਕੀਤਾ ਹੈ ਸਾਡੇ ਬਹੁਤ ਹੀ ਤਜ਼ੁਰਬੇਕਾਰ ਡਾਇਰੈਕਟਰ ਜਸਵਿੰਦਰ ਜੱਸੀ ਜੀ ਨੇ ਜੋ ਪਿਛਲੇ 22 ਸਾਲਾਂ ਤੋਂ ਨਵੇਂ ਵਰ੍ਹੇ ਅਤੇ ਨਵੇਂ ਨਵੇਂ ਪ੍ਰੋਗਰਾਮ ਵੱਖ ਵੱਖ ਚੈਨਲਾਂ ਰਾਹੀਂ ਤੁਹਾਡੇ ਰੂਬਰੂ ਕਰਾਉਂਦੇ ਆ ਰਹੇ ਹਨ ਅਤੇ ਅੱਜ ਫਿਰ ਸੂਹੀ ਫੁਲਕਾਰੀ ਪ੍ਰੋਗਰਾਮ ਰਾਹੀਂ ਤੁਹਾਡੇ ਮਨੋਰੰਜਨ ਲਈ ਪੇਸ਼ ਕਰ ਰਹੇ ਨੇ ਪੰਜਾਬ ਦੀ ਬੁਲੰਦ ਆਵਾਜ਼ ਦੁਰਗਾ ਰੰਗੀਲਾ ਫਿਲਮ ਸਟਾਰ ਜਸਵਿੰਦਰ ਭੱਲਾ ਜੀ ਬਾਲ ਮੁਕੰਦ ਸ਼ਰਮਾ ਜੀ ਗਾਇਕ ਸੁਖਵਿੰਦਰ ਸੁੱਖੀ ਸਤਵੀਰ ਸੱਤੀ ਰਜ਼ਾ ਹੀਰ ਬੌਬੀ ਬਾਜਵਾ ਹਰਵਿੰਦਰ ਹੈਰੀ ਪ੍ਰੀਤ ਕਾਕਰੋਂ ਲਵਗਿਲ ਅਨੂਜਾ ਸਿਨਹਾ ਰੂਹੀ ਬਹਿਲ ਰਹਿਮਤ ਸਾਹਿਬ ਅਤੇ ਮਨੀ ਸਹਿਜੋ ਮਾਜਰਾ ਆਪਣੀ ਗਾਇਕੀ ਨਾਲ ਤੁਹਾਡਾ ਮਨੋਰੰਜਨ ਕਰਨਗੇ ਸੋ ਹੁਣ ਤੁਹਾਡੇ ਵਿਚਕਾਰ ਜ਼ਿਆਦਾ ਸਮਾਂ ਨਾ ਲੈਂਦੇ ਹੋਏ ਮੈਂ ਪੇਸ਼ ਕਰ ਰਹੀ ਹਾਂ ਸੂਹੀ ਫੁਲਕਾਰੀ ਦਾ ਸੁਰੀਲਾ ਗਾਇਕ ਹਰਵਿੰਦਰ ਹੈਰੀ ਤੇਰਾ ਕੱਦ ਨੀ ਅੱਖਾਂ ਵਿੱਚ ਕਜਲਾ ਬਰੂਦ ਨਾਲੋਂ ਵੱਧ ਨੀ ਅੱਖਾਂ ਵਿੱਚ ਕਜਲਾ ਬਰੂਦ ਨਾਲੋਂ ਵੱਧ ਬੁਰਜ ਖਲੀਫੇ ਵਾਂਗੂ ਚਾ ਤੇਰਾ ਕੱਦ ਨੀ ਅੱਖਾਂ ਵਿੱਚ ਕਜਲਾ ਬਰੂਦ ਨਾਲੋਂ ਵੱਧ ਨੀ ਦਿੰਦਾ ਤੈਨੂੰ ਪੂਰੀ ਜ਼ੈਡ ਸਿਕਿਉਰਿਟੀ ਚਰਚਾ ਮੁੰਡੇ ਦਾ ਥਾਂ ਥਾਂ ਹੋ ਗਿਆ ਕਾਦੀ ਚੜੀ ਤੇਰੇ ਤੇ ਜਵਾਨੀ ਅੱਥਰੀ
ਜਾਰੀ ਰੱਖਦੇ ਹੋਏ ਲੋਜੀ ਹਾਜ਼ਰ ਹਾਂ। ਸੋਹਣੀ ਸੁਨੱਖੀ ਅਤੇ ਮਿੱਠੀ ਮਿਸ਼ਰੀ ਵਰਗੀ ਆਵਾਜ਼ ਨਾਲ ਜਦੋਂ ਉਹ ਨੱਚਦੀ ਗਾਉਂਦੀ ਮੋਰ ਵੀ ਪਾਉਂਦੇ ਪੈਲ, ਉਹ ਹੈ ਸਾਡੀ ਅਦਾਕਾਰਾ ਰੂਹੀ ਬਹਿਲ। ਸਤਿ ਸ਼੍ਰੀ ਅਕਾਲ ਜੀ, ਮੈਂ ਪਰਮਿੰਦਰ ਗਰੇਵਾਲ, ਮੇਰੇ ਅਤੇ ਪੰਜਾਬ ਯੂਥ ਕਲੱਬ ਹਾਂਗਕਾਂਗ ਵੱਲੋਂ ਆਪ ਸਭ ਨੂੰ ਨਵੇਂ ਸਾਲ ਦੀਆਂ ਬਹੁਤ ਬਹੁਤ ਮੁਬਾਰਕਾਂ। ਅਤੇ ਲਓ ਸੁਣਦੇ ਹਾਂ ਸੂਹੀ ਫੁਲਕਾਰੀ ਦਾ ਅਗਲਾ ਰੰਗ।
ਰਹੇ ਸੋਣੀਏ ਸੋਣੀਏ ਨੀ ਹੈ ਮਨ ਮੋਣੀਏ ਨੀ ਦਿਲ ਮੇਰਾ ਟੋਣੀਏ ਨੀ ਸੁਣ ਪੱਟ ਹੋਣੀਏ ਤੂੰ ਨੀ ਤਰ੍ਹਾਂ ਚਰਾਉਣ ਲੱਗ ਪਈ ਨੀ ਮਰ ਜਾਣੀਏ ਮਰ ਜਾਣੀਏ ਤੂੰ ਸਾਨੂੰ ਤੜੇ ਆਏਗੀ ਦੀ ਸੁਪਨੇ ਚ ਆਉਣ ਲੱਗ ਪਈ ਨੀ ਮਰ ਜਾਣੀਏ ਮਰ ਜਾਣੀਏ ਤੂੰ ਸਾਨੂੰ ਤੜੇ ਆਏਗੀ ਨੀ ਸੁਪਨੇ ਚ ਆਉਣ ਲੱਗ ਪਈ ਮੈਂ ਸਚਿੰਦਰ ਸਿੰਘ ਨਗਾੜਾ ਫਿਲਮ ਸਟੂਡੀਓ ਐਂਡ ਪੋਸਟ ਪ੍ਰੋਡਕਸ਼ਨ ਮੋਹਾਲੀ ਵਿਖੇ ਖੋਲ੍ਹਿਆ ਹੈ ਜੀ ਇਹ ਜਿਹੜਾ ਤੁਸੀਂ ਸੂਹੀ ਫੁਲਕਾਰੀ ਪ੍ਰੋਗਰਾਮ ਦੇਖ ਰਹੇ ਹੋ ਇਹ ਸਾਡੇ ਨਗਾੜਾ ਫਿਲਮ ਸਟੂਡੀਓ ਅੰਦਰ ਸ਼ੂਟ ਕੀਤਾ ਗਿਆ ਹੈ ਸਾਡੀ ਸਾਰੀ ਨਗਾੜਾ ਟੀਮ ਵੱਲੋਂ ਨਵੇਂ ਸਾਲ ਦੀ ਲੱਖ ਲੱਖ ਵਧਾਈ ਜੀ ਹੱਸਣ
ਸੀ ਚੇਤੇ ਆਉਣ ਪਰਾਵਾਂ ਦੇ ਉਹ ਖੜਕੇ ਜਦੋਂ ਗੰਡਾ ਸੀ ਚੇਤੇ ਆਉਣ ਪਰਾਵਾਂ ਦੇ ਉਹ ਖੜਕੇ ਜਦੋਂ ਗੰਡਾ ਸੀ ਚੇਤੇ ਆਉਣ ਪਰਾਵਾਂ ਦੇ ਸੂਹੀ ਫੁਲਕਾਰੀ ਨੀ ਸੂਹੀ ਫੁਲਕਾਰੀ ਸਬਸਕ੍ਰਾਈਬ ਕਰੋ ਸਾਡਾ ਅਫੀਸ਼ੀਅਲ ਚੈਨਲ ਫਾਈਵ ਰਿਵਰਸ ਅਸੀਂ ਇਸ ਚੈਨਲ 'ਤੇ ਖੇਤੀਬਾੜੀ ਸੰਬੰਧੀ ਵਡਮੁੱਲੀਆਂ ਜਾਣਕਾਰੀਆਂ ਪ੍ਰਦਾਨ ਕਰਦੇ ਹਾਂ ਮੇਰਾ ਫਿੱਟ ਬੈਠੂ ਮੇਲ ਜੱਟੀਏ ਤੂੰ ਨਿਰੀ ਕੰਨ ਮੈਂ ਗਲੇਲ ਜੱਟੀਏ ਬੰਦੇ ਤੂੰ ਵੀ ਮਾਰਦੀ ਸਤਾਰਾ ਗਿਣ ਕੇ ਗੱਭਰੂ ਬਣਾਉਂਦਾ ਪੂਰੀ ਰੇਲ ਜੱਟੀਏ ਸੋਹਣਿਆ ਮੈਂ ਟੱਚ ਕਰਗੀ ਤੂੰ ਵੀ ਹਾਨੂੰ ਸੋਹਣਿਆ ਮੈਂ ਟੱਚ ਕਰਗੀ ਤੂੰ ਵੀ ਹਾਨੂੰ ਗੱਭਰੂ ਵੀ ਇੱਕੀਆਂ ਤੋਂ ਪਾਰ ਹੋ ਗਿਆ ਦੱਸ ਕਿੱਥੇ ਲੈਣ ਪੰਜਾਬੀ ਚੇਤਨਾ ਅਤੇ ਪੰਜਾਬੀ ਲਾਇਬ੍ਰੇਰੀ ਵੱਲੋਂ ਆਪ ਸਭ ਨੂੰ ਨਵੇਂ ਸਾਲ ਦੀਆਂ ਲੱਖ ਲੱਖ ਮੁਬਾਰਕਾਂ ਦਿੰਦਾ ਅਤੇ ਅੱਜ ਦੇ ਆਪਣੇ ਇਸ ਪ੍ਰੋਗਰਾਮ ਸੂਹੀ ਫੁਲਕਾਰੀ ਵਿੱਚ ਅਗਲਾ ਰੰਗ ਲੈ ਕੇ ਆ ਰਹੇ ਨੇ
ਪ੍ਰੀਤ ਕਾਕਰੋਂ ਤੇ ਲਵ ਗਿੱਲ।
ਮੈਂ ਕਸ਼ਮੀਰ ਸਿੰਘ ਸੋਹਲ ਤੇ ਸਤਰੰਗ ਇੰਟਰਟੇਨਰਸ ਦੀ ਪੂਰੀ ਟੀਮ ਵੱਲੋਂ ਨਵੇਂ ਸਾਲ ਦੀ ਆਮਦ ਤੇ ਸਭ ਪੰਜਾਬੀਆਂ ਨੂੰ ਸਭ ਭੈਣਾਂ ਭਰਾਵਾਂ ਨੂੰ ਬਹੁਤ ਬਹੁਤ ਮੁਬਾਰਕਾਂ। ਪਰਮਾਤਮਾ ਕਰੇ ਨਵਾਂ ਸਾਲ ਸਭ ਲਈ ਸਿਹਤ ਜਾਬੀ ਅਤੇ ਤੰਦਰੁਸਤੀ ਲੈ ਕੇ ਆਵੇ। ਅਸੀਂ ਨਵੇਂ ਸਾਲ ਦੇ ਸੰਬੰਧ ਵਿੱਚ ਇੱਕ ਪ੍ਰੋਗਰਾਮ ਪੇਸ਼ ਕਰ ਰਹੇ ਹਾਂ, ਸੂਹੀ ਫੁਲਕਾਰੀ। ਦਰਸ਼ਕੋ, ਇਹ ਸਨ ਸਾਡੇ ਸਤਿਕਾਰਯੋਗ ਪ੍ਰੋਡਿਊਸਰ ਕਸ਼ਮੀਰ ਸਿੰਘ ਸੋਹਲ। ਧੰਨਵਾਦ ਸੋਹਲ ਸਾਹਿਬ। ਤੇ ਹੁਣ ਮੈਂ ਸੱਦਾ ਦੇ ਰਹੀ ਹਾਂ ਉਸ ਕਲਾਕਾਰ ਨੂੰ ਜਿਨ੍ਹਾਂ ਦੇ ਫਾਦਰ ਨੇ ਇਸ ਪ੍ਰੋਗਰਾਮ ਦੇ ਡਾਇਰੈਕਟਰ ਜਸਵਿੰਦਰ ਜੱਸੀ, ਜਿਨ੍ਹਾਂ ਨੇ ਇਹ ਸਨ 2022 ਵਿੱਚ ਆਪਣਾ 22ਵਾਂ ਨਵੇਂ ਸਾਲ ਦਾ ਸੂਹੀ ਫੁਲਕਾਰੀ ਪ੍ਰੋਗਰਾਮ ਬਣਾਇਆ। ਸਾਡੇ ਸਤਰੰਗ ਦੇ ਸ਼ਾਈਨਿੰਗ ਸਟਾਰ ਤੁਹਾਡੇ ਨੌਜਵਾਨ ਕਲਾਕਾਰ, ਜਿਹਦੇ ਵਿੱਚ ਕਹਿ ਲਓ ਗੁਣ 36 ਦੇ 36, ਉਹ ਹੈ ਸਾਡਾ ਅਗਲਾ ਗਾਇਕ ਸਤਵੀਰ ਸੱਤੀ। ਯਾਰੀ ਲੱਗੀ ਨੂੰ ਵੀ ਸੁੱਖ ਨਾਲ ਟਾਈਮ ਹੋ ਗਿਆ, ਦੱਸ ਕਾਹਦਾ ਨੀਰ ਕਾਨੇ ਤੈਨੂੰ ਵਹਿਮ ਹੋ ਗਿਆ। ਯਾਰੀ ਲੱਗੀ ਨੂੰ ਵੀ ਸੁੱਖ ਨਾਲ ਟਾਈਮ ਹੋ ਗਿਆ, ਦੱਸ ਕਾਹਦਾ ਨੀਰ ਕਾਨੇ ਤੈਨੂੰ ਵਹਿਮ ਹੋ ਗਿਆ। ਨਿੱਤ ਕਰਕੇ ਬਰੇ ਕੱਪ ਸੱਜਣਾ ਨੇ ਅਸੀਂ ਨੱਟ ਮੀਟ ਕਰਦੇ। ਕਾਰੀ ਪ੍ਰੋਗਰਾਮ ਦਾ ਖੂਬ ਆਨੰਦ ਮਾਣਿਆ ਹੋਵੇਗਾ। ਤੇ ਆਓ ਹੁਣ ਤੁਹਾਨੂੰ ਮਿਲਾਈਏ ਜਿਨ੍ਹਾਂ ਦੀ ਤੁਹਾਨੂੰ ਬੜੀ ਬੇਸਬਰੀ ਨਾਲ ਉਡੀਕ ਸੀ। ਮੇਰੀ ਮੁਰਾਦ ਕਾਮੇਡੀ ਕਿੰਗ ਜਸਵਿੰਦਰ ਭੱਲਾ ਜੀ, ਬਾਲ ਮੁਕੰਦ ਸ਼ਰਮਾ ਜੀ ਅਤੇ ਗਾਇਕ ਸੁਖਵਿੰਦਰ ਸੁੱਖੀ ਜੀ ਦੇ ਨਾਲ। ਕੁੱਲ ਦੁਨੀਆ ਵਿੱਚ ਤੁਹਾਡਾ ਪਸੰਦੀਦਾ ਚੈਨਲ ਸਤਰੰਗ ਵਿਖ ਰਹੇ ਸਮੂਹ ਪੰਜਾਬੀਆਂ ਨੂੰ ਬਾਲ ਮੁਕੰਦ ਸ਼ਰਮਾ ਦੀ ਪਿਆਰ ਭਰੀ ਸਤਿ ਸ਼੍ਰੀ ਅਕਾਲ, ਅਦਾਬ ਅਤੇ ਨਮਸਕਾਰ। ਦੋਸਤੋ, ਪਹਿਲਾਂ ਤਾਂ ਨਵੇਂ ਵਿਰੇ ਦੀਆਂ ਬਹੁਤ ਬਹੁਤ ਮੁਬਾਰਕਾਂ ਚੈਨਲ ਸਤਰੰਗ ਦੀ ਪੂਰੀ ਟੀਮ ਵੱਲੋਂ। ਅਤੇ ਅਸੀਂ ਤੁਹਾਡੇ ਵਾਸਤੇ ਇੱਕ ਨਵਾਂ ਸਾਲ ਸਪੈਸ਼ਲ ਐਪੀਸੋਡ ਲੈ ਕੇ ਆ ਰਹੇ ਹਾਂ ਅਤੇ ਰੂਬਰੂ ਕਰਾ ਰਹੇ ਹਾਂ ਪੰਜਾਬੀ ਫਿਲਮਾਂ ਦੇ ਉਹ ਕਲਾਕਾਰ ਜਿਨ੍ਹਾਂ ਨੇ ਪਹਿਲਾਂ ਆਪਣਾ ਕਮੇਡੀ ਵਿੱਚ ਲੋਹਾ ਮਨਵਾਇਆ ਹੋਇਆ ਅਤੇ ਹੁਣ ਜਦੋਂ ਦੀ ਉਹਨੇ ਫਿਲਮ ਹਿੱਟ ਹੋਈ ਆ ਜਿੰਨੇ ਜੰਮੇ ਸਾਰੇ ਨਿਕੰਮੇ, ਤਾਂ ਉਹਨਾਂ ਨੇ ਕੰਪਲੀਟ ਕਲਾਕਾਰ ਦਾ ਇੱਕ ਕਿੰਗ ਬਣ ਕੇ ਦਿਖਾਇਆ। ਮੇਰੀ ਮੁਰਾਦ ਹੈ
ਡਾਕਟਰ ਜਸਵਿੰਦਰ ਭੱਲਾ ਜੀ ਤੋਂ ਸਵਾਗਤ ਭੱਲਾ ਜੀ ਤੁਹਾਡਾ ਬਹੁਤ ਬਹੁਤ ਥੈਂਕ ਯੂ ਜੀ ਅਤੇ ਸਾਡੇ ਸੱਤ ਰੰਗ ਦੇ ਵੱਡੇ ਭਾਗ ਆ ਕਿ ਪੰਜਾਬੀ ਸਾਫ਼ ਸੁਥਰੀ ਗਾਇਕੀ ਦੇ ਸਿਰਮੌਰ ਗਾਇਕ ਜਿਨ੍ਹਾਂ ਨੇ ਆਪਣੀ ਹਿੱਕ ਦੇ ਆਵਾਜ਼ 'ਤੇ ਆਪਣਾ ਵੱਖਰਾ ਨਾਮ ਕਮਾਇਆ ਮੇਰੀ ਮੁਰਾਦ ਹੈ ਸਾਡੇ ਮਹਿਬੂਬ ਗਾਇਕ ਸੁਖਵਿੰਦਰ ਸੁੱਖੀ ਸੁੱਖੀ ਤੁਹਾਡਾ ਸਵਾਗਤ ਹੈ ਥੈਂਕ ਯੂ ਬਾਜੀ ਬਹੁਤ ਧੰਨਵਾਦ ਦਿਲ 'ਚ ਵਸਾਇਆ ਤੁਹਾਡਾ ਮਾਣ ਸਤਿਕਾਰ ਸਦਾ ਜਿਹਦੇ ਨਸ਼ੇ ਵਿੱਚ ਮਾਰਾਂ ਮੈਂ ਉਡਾਰੀਆਂ ਲੋਕ ਰੰਗ ਭਰਿਆ ਹਮੇਸ਼ਾ ਗੀਤਾਂ ਵਿੱਚ ਤਾਂਹੀਓ ਗੱਲਾਂ ਕੀਤੀਆਂ ਪੰਜਾਬ ਦੀਆਂ ਨਿਆਰੀਆਂ ਰੱਬ ਦੀ ਰਜਾ 'ਚ ਰਹਿ ਕੇ ਨੀਵਾਂ ਹੋ ਕੇ ਚੱਲੀ ਪੁੱਤ ਮੈਨੂੰ ਮਾਪਿਆਂ ਸਿਖਾਈਆਂ ਗੱਲਾਂ ਸਾਰੀਆਂ ਪੀਰਾਂ ਦੀ ਦੁਆ ਹੋਵੇ ਦੋਸਤਾਂ ਦਾ ਸਾਥ ਮਿਲੇ ਅਸੀਸਾਂ ਮਾਵਾਂ ਦੀਆਂ ਮਿਲਣ ਪਿਆਰੀਆਂ ਇਸੇ ਤਰ੍ਹਾਂ ਦਿਲ 'ਚ ਵਸਾ ਕੇ ਰੱਖਣ ਸਾਰੇ ਮੈਨੂੰ ਪੰਜਾਂ ਪਾਣੀਆਂ ਦੇ ਗੀਤ ਸਦਾ ਗਾਵਾਂ ਦੋਸਤੋ ਹੱਸਦਾ ਪੰਜਾਬ ਰਹੇ ਖੁਸ਼ੀਆਂ ਅਤੇ ਖੇੜਿਆਂ 'ਚ ਸੁਖੀ ਰੱਬ ਕੋਲੋਂ ਮੰਗਦਾ ਦੁਆਵਾਂ ਦੋਸਤੋ ਸੁਖੀ ਰੱਬ ਕੋਲੋਂ ਮੰਗਦਾ ਦੁਆਵਾਂ ਨਵੇਂ ਸਾਲ 'ਤੇ ਸੁਖੀ ਜੀ ਨੇ ਰੰਗ ਬੰਨਤਾ ਅਤੇ ਭੱਲਾ ਜੀ ਇਹਨਾਂ ਨੇ ਗੱਲ ਦੋਸਤੀ ਦੀ ਕੀਤੀ ਆ ਅਤੇ ਆਪਾਂ ਨੂੰ ਯਾਦ ਆ ਕਿ ਇਸ ਚੈਨਲ ਵਿੱਚ ਸਾਡਾ ਬੱਚਾ ਸੱਤੀ ਜਿਹੜਾ ਉਹ ਬਹੁਤ ਰੰਗ ਲਾਉਂਦਾ ਆਪਣੇ ਵੱਖਰੇ ਵੱਖਰੇ ਸ਼ੋਅ ਕਰਕੇ ਅਤੇ ਸੱਤੀ ਦੇ ਪਿਤਾ ਜੀ ਸਾਡੇ ਬੜੇ ਪੁਰਾਣੇ ਦੋਸਤ ਨੇ ਬਿਲਕੁਲ ਜੀ ਉਦੋਂ ਦੇ ਦੋਸਤ ਨੇ ਸਾਡੇ ਜਦੋਂ ਫੁਲਕਾਰੀ ਪ੍ਰੋਗਰਾਮ ਟੀ ਸੀਰੀਜ਼ ਵੱਲੋਂ ਆਇਆ ਸੀਗਾ ਸ਼ਮਸ਼ੇਰ ਸੰਧੂ ਜੀ ਦੀ ਪ੍ਰੋਡਕਸ਼ਨ ਹੇਠਾਂ ਜੀ ਜਿਹਦੇ ਵਿੱਚ ਪਹਿਲੀ ਵਾਰੀ ਬਿੰਦਰ ਖੇਰ ਜੀ ਨੇ ਉਹ ਗੀਤ ਗਾਇਆ ਸੀ ਤੂੰ ਨਹੀਂ ਬੋਲਦੀ ਰਕਾਨੇ ਤੂੰ ਨਹੀਂ ਬੋਲਦੀ ਤੇਰੇ 'ਚ ਤੇਰਾ ਯਾਰ ਬੋਲਦਾ ਇਹ ਸੱਤੀ ਜੀ ਦੇ ਪਿਤਾ ਜੀ ਯਾਨੀ ਕਿ ਜੱਸੀ ਜੀ ਨੇ ਇਹ ਸ਼ੂਟ ਕੀਤਾ ਸੀ ਉਦੋਂ ਤੋਂ ਤੁਹਾਡੇ 'ਚ ਵਿੱਚ ਬੋਲਣ ਲੱਗ ਗਏ ਫਿਰ ਕਿਉਂਕਿ ਸੁੱਖੀ ਜੀ ਗੱਲ ਸਹੀ ਭੱਲਾ ਸਾਹਿਬ ਦੀ ਕਿ ਜਦੋਂ ਜੱਸੀ ਨੇ ਜੁੜੇ ਸੀ ਅਤੇ ਉਦੋਂ ਸ਼ਮਸ਼ੇਰ ਸੰਧੂ ਜੀ ਨੇ ਉਹ ਇੰਨਾ ਕੁ ਵਧੀਆ ਪ੍ਰੋਗਰਾਮ ਘੜਿਆ ਸੀਗਾ ਅਤੇ ਭੱਲਾ ਜੀ ਅਤੇ ਮੈਨੂੰ ਮੇਰੇ ਖਿਆਲ ਦਸੰਬਰ ਮਹੀਨਾ ਸੀਗਾ ਅਤੇ ਕੜਕਦੀ ਠੰਡ ਅੱਧੀ ਰਾਤ ਉਦੋਂ ਨੀਲੂ ਸਾਡੇ ਨਾਲ ਸੀਗੀ ਅਤੇ ਉਦੋਂ ਸਾਡੀ ਇੱਕ ਹੱਡ ਬੀਤੀ ਵੀ ਹੈ ਭੱਲਾ ਜੀ ਉਹ ਸੁਣਨੀ ਚਾਹੂੰਗਾ ਮੈਂ ਕਹਿੰਦਾ ਅੱਗੇ ਸੁਣਾ ਨਹੀਂ ਦਿੱਤੀ ਸੀ ਆਪਣੀ ਇਸ ਤਰ੍ਹਾਂ ਸੁਣਾਈ ਪੱਕਾ ਨਾ ਕੋਈ ਨਾ ਇੰਨਾ ਕਿਹੜਾ ਯਾਦ ਰਹਿੰਦਾ ਲੋਕਾਂ ਨੂੰ ਫਿਰ ਦੁਬਾਰਾ ਸੁਣਾ ਦਿਓ ਉਹ ਗੱਲ ਇੱਦਾਂ ਸੀ ਜੀ ਇਸ ਪ੍ਰੋਗਰਾਮ ਦੀ ਸ਼ੂਟਿੰਗ ਚੱਲਦੀ ਸੀ ਅਤੇ ਠੰਡ ਬਹੁਤ ਜ਼ਿਆਦਾ ਸੀ ਅਤੇ ਰਾਤ ਦਾ 1:30 ਵਜਿਆ ਹੋਇਆ ਨਵੇਂ ਆਇਆ ਲੈਪਲ ਮਾਈਕ ਚੱਲੇ ਉਦੋਂ ਨਵੇਂ ਕੋਰਡਲੈਸ ਉਹ ਸਾਡੇ ਲੱਗੇ ਹੋਏ ਤਿੰਨਾਂ ਦੇ ਅਤੇ ਅਸੀਂ ਕੰਪੇਅਰ ਕਰ ਰਹੇ ਹਾਂ ਪ੍ਰੋਗਰਾਮ ਅਤੇ ਨੀਲੂ ਇੱਕਦਮ ਕਹਿੰਦੀ ਵੀ ਹੁਣ ਤਾਂ ਠੰਡ ਐਕਸਟ੍ਰੀਮ 'ਤੇ ਆ ਬਈ ਮੈਂ ਹੁਣ ਅੱਗੋਂ ਨਹੀਂ ਪ੍ਰੋਗਰਾਮ ਕਰ ਸਕਦੀ ਬਾਕੀ ਪ੍ਰੋਗਰਾਮ ਕੱਲ੍ਹ ਕਰਾਂਗੇ ਅੱਛਾ ਜੀ ਅਸੀਂ ਕਿਹਾ ਵੀ ਹੁਣ ਕੱਲ੍ਹ ਮੈਨੂੰ ਛੁੱਟੀ ਨਹੀਂ ਮਿਲਣੀ ਯੂਨੀਵਰਸਿਟੀ ਸ਼ਰਮਾ ਇਹਨੇ ਮਾਰਕ ਵੱਡ ਜਾਣਾ ਤੂੰ ਅਜੇ ਸਟੂਡੈਂਟ ਆ ਪੜ੍ਹਦਾ ਤੈਨੂੰ ਕੋਈ ਫਰਕ ਨਹੀਂ ਪੈਣਾ ਵੀ ਅਸੀਂ ਦੁਬਾਰਾ ਛੁੱਟੀ ਲਵਾਂਗੇ ਹੁਣ ਅੱਧੇ ਘੰਟੇ ਦਾ ਪ੍ਰੋਗਰਾਮ ਰਹਿ ਗਿਆ ਨਿਬੇੜ ਦੇ ਨਾ ਜੀ ਅੜ ਗਈ ਅੱਛਾ ਜੀ ਠੰਡ ਆ ਜੀ ਕੀ ਕਰ ਸਕਦੇ ਸੀਗੇ ਅਤੇ ਪੈਕਅਪ ਕਰਕੇ ਚਲੀ ਗਈ ਅੱਛਾ ਗੁੱਸਾ ਕਿਸੇ ਹੋਰ ਗੱਲ ਦਾ ਹੁਣ ਕੱਢ ਇੱਥੇ ਠੰਡ ਦਾ ਬਹਾਨਾ ਲਾ ਕੇ ਕੱਢ ਗਈ ਸਾਡੇ ਤੇ ਮੈਂ ਕਿਹਾ ਚਲੋ ਠੀਕ ਆ ਉਹ ਤੋਂ ਬਾਅਦ ਅਸੀਂ ਆਪਣੇ ਗ੍ਰੀਨ ਰੂਮ ਦੇ ਵਿੱਚ ਕੱਪੜੇ ਚੇਂਜ ਕਰਨ ਲੱਗ ਗਏ ਉਹ ਜਾ ਕੇ ਮੋਨੀਟਰ ਦੇ ਮੂਹਰੇ ਬੈਠ ਗਈ ਵੀ ਜੋ ਮੈਂ ਸ਼ੂਟ ਕੀਤਾ ਦੇਖ ਲਵਾਂ ਕੀ ਚੱਲ ਰਿਹਾ ਅੱਛਾ ਹੁਣ ਸਾਨੂੰ ਪਤਾ ਨਹੀਂ ਸੀ ਵੀ ਮਾਈਕ ਜਿਹੜੇ ਉਤਾਰੇ ਨੇ ਪਿੱਛੋਂ ਆਫ ਹੋਇਆ ਕਿ ਨਹੀਂ ਹੋਏ ਆਵਾਜ਼ ਉੱਥੇ ਜਾਂਦੀ ਹੋਣੀ ਹਾਂ ਵੀ ਉੱਥੇ ਕਿਤੇ ਮੋਨੀਟਰ 'ਤੇ ਸਾਡੀ ਆਵਾਜ਼ ਪਹੁੰਚਦੀ ਸੀ ਉੱਧਰੋਂ ਸ਼ਮਸ਼ੇਰ ਸੰਧੂ ਨੇ ਕਹਿੰਦਾ ਭੱਲਾ ਜੀ ਅੱਧੇ ਘੰਟੇ ਦਾ ਪ੍ਰੋਗਰਾਮ ਸੀ ਨਿਬੇੜ ਦੇਣਾ ਸੀ ਕੱਲ੍ਹ ਨੂੰ ਫਿਰ ਸਾਰਿਆਂ ਦੀਆਂ ਪੇਮੈਂਟਾਂ ਦੁਬਾਰਾ ਕਰਨੀਆਂ ਪੈਣੀਆਂ ਮੈਂ ਕਿਹਾ ਭਾਅ ਜੀ ਮੈਂ ਕੀ ਕਰ ਸਕਦਾ ਮੈਂ ਵੀ ਤਿਆਰ ਹਾਂ ਬਾਲਾ ਵੀ ਤਿਆਰ ਹਾਂ ਉਹ ਨਵੀਂ ਮਾਤਰੀ ਦੀਕਸ਼ਾ ਚੰਬੜੀ ਹੋਈ ਆ ਮੇਰੇ ਮੂੰਹੋਂ ਇਹੋ ਜਿਹੀ ਗੱਲ ਤਾਂ ਨਿਕਲ ਗਈ ਉਹ ਉੱਥੇ ਉਹਨੇ ਸੁਣ ਲਈ ਅੱਛਾ ਉਹ ਤੋਂ ਬਾਅਦ ਮੈਨੂੰ ਪਤਾ ਮੈਂ ਉਹ ਦਿਨ ਕਿਵੇਂ ਰਾਤ ਕਿਵੇਂ ਕੱਟੀ ਕਿਵੇਂ ਬਣਾਇਆ ਲੜਾਈ ਫਿਰ ਉਹ ਅਗਲੇ ਦਿਨ ਨਹੀਂ ਸ਼ੂਟਿੰਗ ਗਈ ਹਫ਼ਤਾ ਦੋ ਹਫ਼ਤੇ ਬਾਅਦ ਜਾ ਕੇ ਸ਼ੂਟਿੰਗ ਹੋਈ ਤਾਂ ਜਦੋਂ ਮਾਧਰੀ ਦੀਕਸ਼ ਤੋਂ ਦੁਬਾਰਾ ਨੀਲੂ ਬਣੀ ਜਦੋਂ ਨੀਲੂ ਬਣੀ ਉਹਨੂੰ ਹਫ਼ਤਾ ਦੱਸ ਦੇਣ ਲੱਗ ਗਏ ਅਤੇ ਸੁੱਖੀ ਜੀ ਨੀਲੂ ਅਤੇ ਭੱਲਾ ਜੀ ਅਤੇ ਮੈਂ ਤੁਹਾਨੂੰ ਯਾਦ ਹੀ ਆ ਗਿਆ ਹੋਣਾ ਹਾਂਜੀ ਕਿ ਤੁਸੀਂ ਜਦੋਂ ਗਾਇਕੀ 'ਚ ਪੈਰ ਧਰਿਆ ਬਿਲਕੁਲ ਤੁਹਾਡਾ ਪਹਿਲਾ ਨੰਬਰ ਯਾਦ ਕਰੋ ਸੋਤਿਆਂ ਨੂੰ ਹਾਂ ਬੰਗਾ ਮੇਚਣ ਆਈਆਂ ਉਹਦੇ ਨਾਲ ਵੀ ਬੜੇ ਕਿੱਸੇ ਜੁੜੇ ਹੋਏ ਨੇ ਰਿਕਾਰਡਿੰਗ ਦਾ ਵੀ ਵੀਡੀਓ ਦਾ ਵੀ ਜਦੋਂ ਵੀਡੀਓ ਕਰਨ ਗਏ ਭੁੰਗੇ ਹਰਿਆਣੇ ਕੀਤਾ ਸੀਗਾ ਪਰ ਮੁਖੜਾ ਹੋ ਜਾਓ ਮਾੜਾ ਜਿਹਾ ਕੋਕਾ ਤੂੰ ਪਸੰਦ ਕੀਤਾ ਜਾ ਕੇ ਨੀਆਂ ਵਾਲੇ ਸੂਟ ਤੂੰ ਬਣਾਇਆ ਜਾ ਕੇ ਸ਼ਹਿਰ ਪਟਿਆਲੇ ਕੋਕਾ ਤੂੰ ਪਸੰਦ ਕੀਤਾ ਜਾ ਕੇ ਨੀਆਂ ਵਾਲੇ ਸੂਟ ਤੂੰ ਬਣਾਇਆ ਜਾ ਕੇ ਸ਼ਹਿਰ ਪਟਿਆਲੇ ਪੂਰਾ ਕਰਕੇ ਸ਼ਿੰਗਾਰ ਘੁੰਮੇ ਸਾਰੇ ਤੂੰ ਬਾਜ਼ਾਰ ਕਰਕੇ ਸ਼ਿੰਗਾਰ ਘੁੰਮੇ ਸਾਰੇ ਤੂੰ ਬਾਜ਼ਾਰ ਰਹੀ ਫਿਰਦੀ ਤੂੰ ਕਰਕੇ ਚੜਾਈਆਂ ਸਾਰਾ ਤੂੰ ਪੰਜਾਬ ਗਾ ਲਿਆ ਨੀ ਤੇਰੇ ਵੰਗਾਂ ਵਿੱਚ ਨਾ ਆਈਆਂ ਸਾਰਾ ਤੂੰ ਪੰਜਾਬ ਗਾ ਲਿਆ ਹੋ ਨੀ ਤੇਰੇ ਵੰਗਾਂ ਵਿੱਚ ਨਾ ਆਈਆਂ ਸਾਰਾ ਤੂੰ ਪੰਜਾਬ ਗਾ ਲਿਆ ਨੀ ਤੇਰੇ ਵੰਗਾਂ ਵਿੱਚ ਨਾ ਆਈਆਂ ਸਾਰਾ ਤੂੰ ਪੰਜਾਬ ਗਾ ਲਿਆ ਅਖੀਰ ਭੱਲੇ ਹੱਥੋਂ ਚੜਵਾਈਆਂ ਸਾਡਾ ਬਾਲਾ ਦਵੇ ਦਵਾਈਆਂ ਸਾਰਾ ਤੂੰ ਪੰਜਾਬ ਗਾ ਲਿਆ ਨੀ ਹੁਣ ਤੇਰੇ ਵੰਗਾਂ ਵੇਚਣੇ ਆਈਆਂ ਸਾਰਾ ਤੂੰ ਪੰਜਾਬ ਗਾ ਲਿਆ ਤੇ ਸੁੱਖੀ ਜੀ ਕਹਿੰਦੇ ਹੁੰਦੇ ਆ ਵੀ ਜੱਗ ਖੀਰ ਤੋਂ ਬਗੈਰ ਸੰਪੂਰਨ ਨਹੀਂ ਹੁੰਦਾ ਜੇ ਸੁੱਖੀ ਬੋਲੀਆਂ ਨਾ ਪਾਵੇ ਕੋਈ ਸ਼ੋਅ ਪੂਰਾ ਨਹੀਂ ਹੁੰਦਾ ਹਾਂ ਆਪਾਂ ਐਂਡ 'ਤੇ ਸਾਰਿਆਂ ਲਈ ਭਾਜੀ ਸੁੱਖ ਦੁਆ ਦੀ ਅਰਦਾਸ ਵੀ ਕਰ ਦਿੰਦੇ ਹਾਂ ਅਤੇ ਨਵੇਂ ਸਾਲ ਦੀਆਂ ਮੁਬਾਰਕਾਂ ਇਹ ਖੁਸ਼ੀਆਂ ਦੇ ਮੇਲੇ ਨੇ ਬਿਲਕੁਲ ਇੱਦਾਂ ਹੀ ਲੱਗਦੇ ਰਹਿਣੇ ਚਾਹੀਦੇ ਨੇ
ਗੁੱਸੇ ਗਿਲੇ ਦਿਲੋਂ ਭੁਲਾ ਕੇ ਮਿਲੀਏ ਸਭ ਨੂੰ ਗਲ ਨਾਲ ਲਾ ਕੇ ਗੁੱਸੇ ਗਿਲੇ ਦਿਲੋਂ ਭੁਲਾ ਕੇ ਮਿਲੀਏ ਸਭ ਨੂੰ ਗਲ ਨਾਲ ਲਾ ਕੇ ਮਿਹਰ ਕਰੇ ਰੱਬ ਕਾਟੋ ਸਭ ਦੀ ਫੁੱਲਾਂ ਉੱਤੇ ਖੇਲੇ ਮਿਹਰ ਕਰੇ ਰੱਬ ਕਾਟੋ ਸਭ ਦੀ ਫੁੱਲਾਂ ਉੱਤੇ ਖੇਲੇ ਵੀ ਲੱਗਦੇ ਰਹਿਣ ਸਦਾ ਆ ਖੁਸ਼ੀਆਂ ਦੇ ਮੇਲੇ ਵੀ ਲੱਗਦੇ ਰਹਿਣ ਸਦਾ ਆ ਖੁਸ਼ੀਆਂ ਦੇ ਮੇਲੇ ਵੀ ਲੱਗਦੇ ਰਹਿਣ ਸਦਾ ਸੋ ਸਤਰੰਗ ਦੇ ਸਾਰੇ ਸਰੋਤਿਆਂ ਨੂੰ ਇੱਕ ਵਾਰੀ ਫੇਰ ਸਮੁੱਚੀ ਟੀਮ ਵੱਲੋਂ ਨਵੇਂ ਸਾਲ ਦੀਆਂ ਮੁਬਾਰਕਾਂ ਦਿੰਦੇ ਹੋਏ ਜਸਵਿੰਦਰ ਭੱਲਾ ਜੀ ਦਾ ਸੁਖੀ ਜੀ ਦਾ ਤੁਸੀਂ ਸਾਡੇ ਸਟੂਡੀਓ ਆਏ ਸਾਨੂੰ ਕਿਰਤਾਰਥ ਕੀਤਾ ਇੱਕ ਵਾਰ ਫਿਰ ਸਾਡੇ ਤਿੰਨਾਂ ਵੱਲੋਂ ਨਵਾਂ ਸਾਲ ਦੀਆਂ ਢੇਰ ਢੇਰ ਮੁਬਾਰਕਾਂ ਪੰਜ ਦਰਿਆਵਾਂ ਦੀ ਇਹ ਧਰਤੀ ਗੁਰੂਆਂ ਦੀ ਜਿੱਥੇ ਬਰਕਤ ਵਰਤੀ ਪੰਜਾਬ ਪੰਜਾਬੀਅਤ ਜਿਸਦਾ ਗਹਿਣਾ ਸੱਚਾ ਸੁੱਚਾ ਰਹਿਣਾ ਬਹਿਣਾ ਖੜਗ ਰਿਹਾ ਪੰਜਾਬ ਹਿੰਦ ਦੀ ਇਹ ਸਾਰਾ ਪ੍ਰਤਾਪ ਗੁਰਾਂ ਦਾ ਨਾ ਹੁੰਦੀ ਕੋਈ ਹੋਂਦ ਦੇਸ਼ ਦੀ ਜੇ ਸਾਡਾ ਪੰਜਾਬ ਨਾ ਹੁੰਦਾ ਜੇ ਬਲੀਦਾਨੀ ਪੰਜਾਬ ਨਾ ਹੁੰਦਾ ਤੇ ਆਓ ਹੁਣ ਸੁਣੀਏ ਰਜ਼ਾ ਹੀਰ ਤੋਂ ਬੋਲੀਆਂ ਜੀ ਮੈਂ ਤੁਹਾਡਾ ਆਪਣਾ ਗੀਤਕਾਰ ਜੱਸੀ ਤੁਗਲਵਾਲਾ ਆਉਣ ਵਾਲੇ ਨਵੇਂ ਸਾਲ 2022 ਦੀਆਂ ਤੁਹਾਨੂੰ ਬਹੁਤ ਬਹੁਤ ਮੁਬਾਰਕਾਂ ਪਰਮਾਤਮਾ ਕਰੇ ਇਹ ਦਿਨ ਸਾਰਿਆਂ ਲਈ ਖੁਸ਼ੀਆਂ ਤੇ ਖੇੜਿਆਂ ਭਰਿਆ ਹੋਵੇ ਜਦ ਗੱਲ ਸੁਰਾਂ ਦੀ ਛਿੜਦੀ ਹੈ ਰੂਹ ਅੰਬਰਾਂ ਤਿੱਕਰ ਖਿੜਦੀ ਹੈ ਸਰੋਤਿਆਂ ਨੂੰ ਇਹ ਕੀਲ ਦਿੰਦਾ ਜਾਦੂ ਸੁਰਾਂ ਦਾ ਐਸਾ ਸੁਰੀਲਾ ਤੁਹਾਡੇ ਸਨਮੁਖ ਕਰ ਰਹੇ ਹਾਂ ਬੁਲੰਦ ਆਵਾਜ਼ ਦੇ ਮਾਲਿਕ ਰਾਜ ਗਾਇਕ ਦੁਰਗਾ ਰੰਗੀਲਾ ਦੁਰਗਾ ਰੰਗੀਲਾ
ਸਾ ਸੁੱਕ ਜਾਣ ਟਿੱਡੀਆਂ ਦੇ ਬਈ ਜਦ ਮਾਰੇ ਨਾਗ ਫੁਰਾਟਾ ਪੋੜਾਂ ਸੁਣ ਕੇ ਸ਼ੇਰ ਦੀਆਂ ਸ਼ਾਜੈ ਜੰਗਲ ਵਿੱਚ ਸਨਾਟਾ ਕਦੇ ਪੁੱਤ ਸੀਣੀਆਂ ਦੇ ਕਦੇ ਪੁੱਤ ਸੀਣੀਆਂ ਦੇ ਦੁੱਧ ਨਾਲ ਚੁੰਗਣੀਆਂ ਪੀਂਦੇ ਕੱਟ ਤਈ ਭੁਲੇਖੇ ਤੂੰ ਜੱਟ ਤਾਂ ਦਿਨੇ ਬੁਲਾ ਤੂੰ ਪੀਂਦੇ ਕੱਟ ਤਈ ਭੁਲੇਖੇ ਤੂੰ ਜੱਟ ਤਾਂ ਦਿਨੇ ਬੁਲਾ ਤੂੰ ਪੀਂਦੇ ਦਾ ਪ੍ਰੋਗਰਾਮ ਸੂਹੀ ਫੁਲਕਾਰੀ ਪਸੰਦ ਆਇਆ ਹੋਵੇਗਾ। ਤੁਹਾਨੂੰ ਕਿਵੇਂ ਲੱਗਾ ਸਾਡਾ ਸ਼ੋਅ? ਨੰਬਰ ਨੋਟ ਕਰੋ 98-156-14-102। ਅਤੇ ਮੇਰੇ ਵੱਲੋਂ ਅਤੇ ਸਤਰੰਗ ਐਂਟਰਟੇਨਰ ਦੀ ਸਾਰੀ ਟੀਮ ਵੱਲੋਂ ਤੁਹਾਨੂੰ ਨਵੇਂ ਸਾਲ ਦੀ ਬਹੁਤ ਬਹੁਤ ਮੁਬਾਰਕਾਂ। ਫੁਲਕਾਰੀ ਵਿੱਚੋਂ ਸੂਰਤ ਪਿਆਰੀ
सिर ते पंजाबणे नी लगदी प्यारी इसे फुलकारी विचों सूरत प्यारी सूहे सूहे रंगा नाल लगदी शिंगारी सूहे सूहे रंगा नाल लगदी शिंगारी सूही फुलकारी नजर आ रहा है।